ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਜ਼ਰੂਰੀ ਬੇਨਤੀ ਧਿਆਨ ਨਾਲ ਸੁਣਿਓ ਔਰ ਅੱਗੇ ਤੋਂ ਕੇ ਸ਼ੇਅਰ ਕਰਿਓ। 26 ਔਰ 27 ਤਰੀਕ ਨੂੰ 2 ਦਿਨ ਬਾਬਾ ਦੀਪ ਸਿੰਘ ਜੀ ਨੇ ਤਰਸ ਕੀਤਾ, ਸਾਡੀ ਝੋਲੀ ਦੇ ਵਿੱਚ 2 ਚੁਪਹਿਰਾ ਜਪ ਤਪ ਸਮਾਗਮ ਇਹ ਪਾਏ ਨੇ। 26 ਤਰੀਕ ਐਤਵਾਰ ਦਾ ਚੁਪਹਿਰਾ ਜਪ ਤਪ ਸਮਾਗਮ ਸਵੇਰੇ 11 ਵਜੇ ਤੋਂ 3:30 ਵਜੇ ਤੱਕ, ਔਰ 27 ਦਾ ਹਰ ਮਹੀਨੇ ਦੀ ਤਰ੍ਹਾਂ ਜੋ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਕੇ ਅਸੀਂ ਚੁਪਹਿਰਾ ਕਰਦੇ ਹਾਂ, ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਸ਼ੋਰ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਇਹ 2 ਦਿਨ ਚੁਪਹਿਰਾ ਜਪ ਤਪ ਸਮਾਗਮ ਹੋਣਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ ਹੈ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਆਪ ਜੀ ਆਓ, ਬਾਪੂ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਓ, ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀਆਂ ਭਰੋ ਔਰ ਆਪਣੇ ਆਪਣੇ ਪੁੱਠੇ ਕਰਮਾਂ ਨੂੰ ਸਿੱਧੀਆਂ ਕਰਵਾਓ। ਸਾਰੀ ਸੰਗਤ ਨੂੰ ਪਤਾ ਚੁਪਹਿਰਿਆਂ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ। ਜਿਹੜੇ ਹਾਜ਼ਰੀਆਂ ਭਰਦੇ ਹੋ ਤੁਹਾਡੀ ਇਕੱਲਿਆਂ ਦੀ ਝੋਲੀ ਨਹੀਂ ਭਰਦੇ, ਤੁਹਾਨੂੰ ਝੋਲੀਆਂ ਭਰਨ ਵਾਲਾ ਬਣਾ ਦਿੰਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ। ਆਓ ਭਾਗਾਂ ਵਾਲਿਓ, 26 ਔਰ 27 ਤਰੀਕ ਨੂੰ 2 ਦਿਨ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਸ਼ੋਰ ਪਬਲਿਕ ਸਕੂਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਰਿਵਾਰਾਂ ਸਮੇਤ ਪਹੁੰਚੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ 2 ਦਿਨ ਦੇ ਸਮਾਗਮ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ ਔਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਦੇ ਇਹ 3 ਚੈਨਲਾਂ ਦੇ ਉੱਤੇ ਇਹ 2 ਦਿਨ ਦੇ ਸਮਾਗਮ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗ ਜੀ। 28 ਮਈ ਰਾਤ 8:30 ਤੋਂ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਰਾਦਾਬਾਦ UP ਵਿਖੇ ਕੀਰਤਨ ਦੁਆਰਾ ਆਪ ਜੀਆਂ ਦੇ ਦਰਸ਼ਨ ਕਰਨ ਵਾਸਤੇ ਦਾਸ ਪਹੁੰਚ ਰਿਹਾ, ਔਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ, ਜਿਹੜੇ ਰੋਜ਼ ਜੁੜਦੇ ਹੋ ਸਾਰਿਆਂ ਨੇ ਇਸ ਸਮਾਗਮ ਦੇ ਵਿੱਚ ਦਰਸ਼ਨ ਦੇਣੇ। ਔਰ ਇੱਕ ਵਿਸ਼ੇਸ਼ ਬੇਨਤੀ, 28 ਤਰੀਕ ਨੂੰ ਰਾਤੀਂ ਅਸੀਂ ਮੁਰਾਦਾਬਾਦ ਕਰਨਾ, ਔਰ 29 ਤਰੀਕ ਸਵੇਰੇ 11 ਤੋਂ 1 ਵਜੇ ਤੱਕ ਪਿੰਡ ਅਹਿਮਦਾਬਾਦ ਨੇੜੇ ਦਮਨ ਪਲਾਈਵੁੱਡ ਮੇਨ ਰੋਡ ਦਮੋਰਾ ਰਾਮਪੁਰ, ਇਹ ਰਾਮਪੁਰ UP ਵਿਖੇ ਸਵੇਰ ਦਾ ਦੀਵਾਨ ਹੈ 29 ਤਰੀਕ। ਔਰ ਤੁਹਾਨੂੰ ਇਹ ਦੱਸਦਿਆਂ ਹੋਏ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ, ਇਸ ਜਗ੍ਹਾ ਦੇ ਉੱਤੇ ਪਹਿਲੀ ਵਾਰੀ ਦੀਵਾਨ ਰੱਖਿਆ, ਅਤੇ ਇਹ ਉਹੋ ਹੀ ਜਗ੍ਹਾ ਜਿੱਥੇ ਤੁਹਾਡਾ ਅਗਲਾ ਯੂਨਿਟ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾ ਬਣ ਰਿਹਾ, ਅਤੇ ਇਹ ਤੁਹਾਡਾ ਸਾਰਿਆਂ ਦਾ ਪਰਿਵਾਰਕ ਮੈਂਬਰਾਂ ਦਾ ਫਰਜ਼ ਹੈ ਕਿ ਇਹ ਸਮਾਗਮ ਦੇ ਵਿੱਚ ਆ ਕੇ ਆਪ ਜੀ ਆਪਣੀ ਨਵੀਂ ਜਗ੍ਹਾ ਵੇਖੋ, ਵੀ ਕਿਵੇਂ ਕਿਵੇਂ ਸੇਵਾਵਾਂ ਦੇ ਕਾਰਜ ਉੱਥੇ ਪ੍ਰਾਰੰਭ ਹੋਣੇ ਨੇ, ਉਹ ਵੀ ਸ਼ੁਰੂਆਤ ਇਸ ਜਗ੍ਹਾ ਦੇ ਉੱਤੇ ਕੀਤੀ ਜਾਏਗੀ। ਭਾਵੇਂ ਜਿੰਨੇ ਮਰਜ਼ੀ ਤੁਸੀਂ ਬਿਜ਼ੀ ਹੋਵੋ, ਮੇਰੀ ਬੇਨਤੀ ਹੈ ਕਿ 2 ਦਿਨ ਦਾ ਸਮਾਂ ਰਾਮਪੁਰ ਦੀਆਂ ਸੰਗਤਾਂ, ਮੁਰਾਦਾਬਾਦ ਦੀਆਂ ਸੰਗਤਾਂ, ਬਿਜਨੌਰ ਦੀਆਂ, ਹੋਰ ਜਿਹੜੇ ਤੁਸੀਂ ਨੇੜੇ ਤੇੜੇ ਦੇ ਉੱਥੇ ਰਹਿਣ ਵਾਲੇ ਹੋ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ 28 ਤਰੀਕ ਰਾਤੀ ਮੁਰਾਦਾਬਾਦ ਔਰ 29 ਤਰੀਕ ਨੂੰ ਸਵੇਰੇ ਦਮੋਰਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਿਓ। ਇਹ 2 ਦਿਨ ਆਪਾਂ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਜਸ ਗਾਵਾਂਗੇ, ਉਹਨਾਂ ਦੀਆਂ ਖੁਸ਼ੀਆਂ ਲਵਾਂਗੇ, ਔਰ ਇਹ ਸਾਰੇ ਪ੍ਰੋਗਰਾਮ ਸਾਡੇ YouTube ਚੈਨਲਾਂ ਦੇ ਉੱਤੇ, ਜੋ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੀ ਹੈ, ਇਹਨਾਂ ਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਗੇ ਲਈ ਹੈਂਜੀ, ਉਹ ਬੁਰਾ ਕਰ ਹੀ ਨਹੀਂ ਸਕਦਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ, ਉਹ ਤੇ ਮਿੱਠ ਬੋਲੜਾ ਹੈ,
ਉਹ ਸਾਡਾ ਮੰਦਾ ਨਹੀਂ ਕਰ ਸਕਦਾ। ਉਹ ਸਾਡਾ ਮੰਦਾ ਕੀ ਕਰੇਗਾ ਜਿਹਨੂੰ ਸਾਡੇ ਜੰਮਣ ਤੋਂ ਪਹਿਲਾਂ ਹੀ ਸਾਡੀ ਫਿਕਰ ਲੱਗੀ ਹੋਈ ਹੈ। ਅਜੇ ਸਾਡਾ ਜਨਮ ਨਹੀਂ ਹੋਇਆ, ਜਨਮ ਹੋਣ ਤੋਂ ਪਹਿਲਾਂ ਹੀ ਸਾਡੀ ਖੁਰਾਕ ਸਾਡੀ ਮਾਂ ਦੇ ਕੋਲ ਭੇਜ ਦਿੰਦਾ। ਤੇ ਪਤਾ ਹੈ ਬੱਚਾ ਜਦੋਂ ਜੰਮਿਆ ਛੋਟਾ ਹੈ, ਜ਼ਿਆਦਾ ਗਰਮ ਦੁੱਧ ਪੀਏਗਾ ਜ਼ੁਬਾਨ ਸੜ ਸਕਦੀ ਹੈ, ਠੰਡਾ ਦੁੱਧ ਪੀਏਗਾ ਪੇਟ ਖਰਾਬ ਹੋ ਸਕਦਾ। ਮਾਤਾ ਕੋਲ ਜਿਹੜੀ ਸਾਡੀ ਖੁਰਾਕ ਭੇਜੀ, ਨਾ ਤੱਤੀ ਭੇਜੀ ਨਾ ਠੰਡੀ ਭੇਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹ ਸਾਡਾ ਬੁਰਾ ਕੀ ਕਰੇਗਾ ਜੀ, ਉਹ ਬੁਰਾ ਕੀ ਕਰੇਗਾ, ਉਹ ਕਦੀ ਵੀ ਬੁਰਾ ਨਹੀਂ ਕਰਦਾ। ਸਤਿਗੁਰ ਸਭਨਾ ਦਾ ਭਲਾ ਮਨਾਇਦਾ, ਹਰੇਕ ਦਾ ਉਹ ਭਲਾ ਲੋਚਦਾ, ਹਰੇਕ ਦਾ। ਤੁਸੀਂ ਸਿਆਣੇ ਹੋ, ਭਾਵੇਂ ਬੱਚੇ ਸਾਡੇ ਨਿਕੰਮੇ ਵੀ ਹੋਣ, ਕਦੀ ਬੱਚਿਆਂ ਦਾ ਬੁਰਾ ਸੋਚਾਂਗੇ ਆਪਾਂ? ਕਦੀ ਨਹੀਂ ਸੋਚਦੇ। ਇਹੋ ਹੀ ਅਰਦਾਸਾਂ ਕਰਦੇ ਹਾਂ, ਮਹਾਰਾਜ ਇਹਨੂੰ ਸਮਤ ਦੇ ਦੇ। ਭਾਵੇਂ ਬੱਚੇ ਧੱਕੇ ਵੀ ਮਾਰਨ, ਅਸੀਂ ਇਹੋ ਹੀ ਕਹਿੰਦੇ ਹਾਏ ਮੇਰਾ ਲਾਲੇ। ਚੋਟ ਭਾਵੇਂ ਬੱਚੇ ਨੂੰ ਵੱਜੇ, ਪੀੜ ਸਾਨੂੰ ਨਿਕਲਦੀ ਹੈ, ਭਾਵੇਂ ਨਿਕੰਮਾ ਹੀ ਕਿਉਂ ਨਾ ਹੋਵੇ। ਹਾਏ ਮੇਰਾ ਪੁੱਤ ਤੂੰ ਜੁਗ ਜੁਗ ਜੀ, ਤੈਨੂੰ ਕੁਝ ਨਾ, ਹਾਏ ਮੇਰੀ ਧੀ ਤੈਨੂੰ ਕੁਝ ਨਾ ਹੋਵੇ ਹੈਂਜੀ। ਅਤੇ ਜਿਵੇਂ ਸਾਡੇ ਬੱਚੇ ਨੇ, ਅਸੀਂ ਵੀ ਤਾਂ ਕਿਸੇ ਦੇ ਬੱਚੇ ਹਾਂ ਨਾ, ਸਾਡਾ ਵੀ ਤਾਂ ਕੋਈ ਪਿਓ ਹੈ ਨਾ। ਉਹ ਪਿਓ ਦਾ ਨਾਂ ਕੀ ਆਖੋ? ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਪਿਓ ਦਾ ਨਾਂ ਕੀ ਆਖੋ? ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜਿਵੇਂ ਅਸੀਂ ਆਪਣੇ ਬੱਚਿਆਂ ਦਾ ਬੁਰਾ ਨਹੀਂ ਚਾਹੁੰਦੇ, ਉਹ ਹੀ ਸਾਡਾ ਕਦੀ ਬੁਰਾ ਨਹੀਂ ਕਰ ਸਕਦਾ। ਉਹ ਵੀ ਬੁਰਾ ਨਹੀਂ, ਜਬ ਦਾਂਤ ਨਹੀਂ ਥੇ ਤੋ ਦੂਧ ਦੀਆ ਹੈ ਜੀ, ਜਬ ਦਾਂਤ ਨਹੀਂ ਥੇ ਤੋ ਦੂਧ ਦੀਆ, ਅਬ ਦਾਂਤ ਦੀਏ ਤੋ ਖਾਣੇ ਕੋ ਨਾ ਦੇਗਾ ਹੈ ਜੀ, ਖਾਣ ਨੂੰ ਨਹੀਂ ਦੇਵੇਗਾ। ਉਹ ਸਾਡੇ ਨਾਲ ਏ ਹਰ ਵੇਲੇ, ਉਹਦਾ ਸ਼ੁਕਰਾਨਾ, ਉਹਦਾ ਸ਼ੁਕਰਾਨਾ। ਅੱਜ ਦੇ ਤੀਸਰੇ ਅੰਮ੍ਰਿਤ ਵੇਲੇ ਦਾ ਇਹ ਪਹਿਲਾ ਲੈਸਨ ਹਿਰਦਿਆਂ ਤੇ ਨੋਟ ਕਰ ਲਿਓ। ਜੇ ਗੱਲਾਂ ਕਿਤੇ ਭੁੱਲ ਜਾਣ, YouTube ਚੈਨਲ ਤੇ ਜਾ ਕੇ ਵਾਰ 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 ਸੁਣੋ ਸੁਣੋ। ਔਰ ਮੈਂ ਗੁਰੂ ਪਿਤਾ ਜੀ ਦੀ ਗੋਦੀ 'ਚ ਬੈਠਾ ਕਹਿ ਰਿਹਾ, ਹਜ਼ਾਰਾਂ ਤੁਹਾਨੂੰ ਸਰੀਰ ਮੈਂ ਇਹੋ ਜਿਹੇ ਮਿਲਾ ਸਕਦਾ। ਉਹ ਕਹਿਣਗੇ ਜਦੋਂ ਦੇ ਇਹ 3 ਤੋਂ 4 ਦੁਪਹਿਰੀ ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜੁੜਨਾ ਅਸੀਂ ਸ਼ੁਰੂ ਕੀਤਾ, ਇੰਨੀਆਂ ਤਬਦੀਲੀਆਂ ਆ ਗਈਆਂ, ਇੰਨੀਆਂ ਤਬਦੀਲੀਆਂ। ਮਰਨ ਕੰਡੇ ਸੀ ਲੋਕ, ਮਰਨ ਕੰਡੇ। ਕੋਈ ਕਹਿੰਦਾ ਸੀ ਮੈਂ ਆਤਮ ਹੱਤਿਆ ਕਰ ਲੈਣੀ, ਕੋਈ ਕੁਝ ਕਰ ਲੈਣਾ, ਪਰ ਜਦੋਂ ਦੇ ਇਹ ਸਮਾਗਮਾਂ ਦੇ ਨਾਲ ਜੁੜ ਗਏ, ਇੰਨੀ ਸਪੋਰਟ ਮਿਲ ਗਈ, ਉਹਨਾਂ ਦੇ ਨਾਲ ਗੁਰੂ ਰਾਮਦਾਸ ਇਹੋ ਜਿਹੇ ਵਰਤਣ ਲੱਗ ਪਏ ਕਿ ਉਹ ਹੀ ਇਕੱਲੇ ਨਹੀਂ ਜੁੜੇ, ਉਹ ਹਜ਼ਾਰਾਂ ਹਜ਼ਾਰਾਂ ਨੂੰ ਜੋੜਨ ਵਾਲੇ ਬਣ ਗਏ ਨੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੇ ਇਹ ਤੀਜੇ ਦਿਨ ਦੇ ਅੰਮ੍ਰਿਤ ਵੇਲੇ ਦਾ ਦੂਜਾ ਲੈਸਨ, ਇਹ ਵੀ 3-4 ਮਿੰਟ ਸੁਣਿਓ ਧਿਆਨ ਨਾਲ। ਇੱਕ ਇੱਕ ਕਥਾ ਦਾ, ਕੀਰਤਨ ਦਾ ਕਿਣਕਾ ਅੰਦਰ ਜਾਣ ਦੇਣਾ, ਅੰਦਰ ਸਰੀਰ ਰੂਪੀ ਖੇਤ, ਮਨ ਰੂਪੀ ਖੇਤ ਦੇ ਅੰਦਰ। ਔਰ ਧਿਆਨ ਰੱਖਿਓ ਨੀਂਦ ਨਾ ਆਵੇ, ਏਡਾ ਹੀਰੇ ਲਾਲਾਂ ਵਰਗਾ ਸਮਾਂ ਨੀਂਦ ਲੁੱਟ ਕੇ ਨਾ ਲੈ ਜੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੁਣਿਓ ਹੁਣ ਧਿਆਨ ਦੇ ਨਾਲ। ਮੰਨ ਲਓ ਤੁਸੀਂ ਧੁੱਪ ਦੇ ਵਿੱਚ ਕਿਤੇ ਜਾ ਰਹੇ ਹੋ, ਅੱਤ ਦੀ ਧੁੱਪ ਹੈ, ਪਸੀਨੇ ਦੇ ਨਾਲ ਤੁਹਾਡਾ ਸਰੀਰ ਤਰ ਬਤਰ ਹੋਇਆ ਪਿਆ, ਬੜੀ ਪਿਆਸ ਵੀ ਲੱਗੀ, ਪਰ ਕਿਤੇ ਵੀ ਆਲੇ ਦੁਆਲੇ ਤੁਹਾਨੂੰ ਪਾਣੀ ਨਹੀਂ ਮਿਲ ਰਿਹਾ। ਤੇ ਥਕਾਨ ਮਿਟਾਉਣ ਵਾਸਤੇ ਤੁਸੀਂ ਇੱਕ ਵਰਿਕਸ਼ ਦੇ ਹੇਠਾਂ ਖਲੋ ਗਏ ਹੋ। ਇੱਕ ਐਗਜ਼ਾਮਪਲ ਮੰਨ ਲਓ, ਉਦਾਹਰਣ ਹੈ।
ਜਦੋਂ ਤੁਸੀਂ ਵਰਿਕਸ਼ ਦੇ ਹੇਠਾਂ ਖਲੋਤੇ ਤੇ ਉਸੇ ਵੇਲੇ ਤੁਹਾਡੀ ਨਿਗਾਹ ਪਈ ਸਾਹਮਣੇ ਇਮਾਰਤ ਦੇ ਵੱਲ। ਜਦੋਂ ਇਮਾਰਤ ਵੱਲ ਤੁਸੀਂ ਵੇਖਿਆ ਤੇ ਇੱਕ ਬੰਦੇ ਨੇ ਤੁਹਾਡੇ ਵੱਲ ਇਸ਼ਾਰਾ ਕੀਤਾ। ਇਸ਼ਾਰਾ ਕੀ? ਕਿ ਤੁਸੀਂ ਰੁਕੋ, ਤੁਹਾਡੇ ਲਈ ਹੁਣੇ ਮੈਂ ਪਾਣੀ ਲੈ ਕੇ ਆਉਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਸੀਂ ਰੁਕੋ, ਤੁਹਾਡੇ ਲਈ ਮੈਂ ਪਾਣੀ ਲੈ ਕੇ ਆਉਣਾ। ਤੇ ਉਸੇ ਵੇਲੇ ਹੋਇਆ ਕਿ ਤਤਕਾਲ ਹੀ ਤੁਸੀਂ ਉਸ ਬੰਦੇ ਦੇ ਪ੍ਰਤੀ ਆਪਣੀ ਰਾਏ ਕੀ ਬਣਾ ਲਈ ਕਿ ਕਿੱਡਾ ਇਹ ਦਿਆਲੂ ਵਿਅਕਤੀ ਹੈ, ਕਿੱਡਾ ਇਹ ਨਰਮ ਹਿਰਦੇ ਵਾਲਾ ਵਿਅਕਤੀ ਹੈ। ਮੈਨੂੰ ਇਹਨੇ ਇੱਦਾਂ ਖਲੋਤਿਆਂ ਵੇਖਿਆ, ਭਾਵੇਂ ਮੈਂ ਇਹਨੂੰ ਨਹੀਂ ਵੀ ਜਾਣਦਾ, ਇਹ ਮੈਨੂੰ ਨਹੀਂ ਜਾਣਦਾ, ਪਰ ਇਹ ਮੇਰੇ ਲਈ ਪਾਣੀ ਲੈ ਕੇ ਆ ਰਿਹਾ। ਕਿੱਡਾ ਦਿਆਲੂ ਵਿਅਕਤੀ ਹੈ। ਉਸੇ ਵੇਲੇ ਆਪਣੇ ਅੰਦਰ ਤੁਸੀਂ ਰਾਏ ਬਣਾ ਲਈ। ਇਹ ਪਹਿਲੀ ਰਾਏ ਸੁਣਿਓ। ਸਾਡੀ ਰਾਏ ਖੋਖਲੀ ਹੁੰਦੀ ਹੈ, ਖੋਖਲੀ ਮੈਂ ਉਹ ਗੱਲ ਕਰਨ ਲੱਗਾ। ਪਹਿਲੀ ਰਾਏ ਅਸੀਂ ਬਣਾਈ ਕਿ ਇਹ ਬੰਦਾ ਕਿੱਡਾ ਨਰਮ ਦਿਲ ਹੈ, ਮੈਂ ਜਾਣਦਾ ਨਹੀਂ ਇਹਨੂੰ, ਇਹ ਮੈਨੂੰ ਨਹੀਂ ਜਾਣਦਾ, ਪਰ ਮੇਰੇ ਲਈ ਪਾਣੀ ਲੈ ਕੇ ਆ ਰਿਹਾ। ਅਤੇ ਹੁਣ ਹੋਇਆ ਕਿ ਤੁਸੀਂ ਉੱਥੇ ਖੜ੍ਹੇ ਹੋ, ਉਹਨੂੰ ਆਉਂਦਿਆਂ ਆਉਂਦਿਆਂ ਤੁਹਾਡੇ ਕੋਲ 10 ਮਿੰਟ ਬੀਤ ਗਏ, 15 ਮਿੰਟ, 15 ਮਿੰਟ ਬੀਤਣ ਤੋਂ ਬਾਅਦ ਵੀ ਆਇਆ ਨਹੀਂ। ਅਤੇ ਉਸੇ ਵੇਲੇ ਤੁਹਾਡੀ ਜਿਹੜੀ ਰਾਏ ਹੈ ਨਾ, ਰਾਏ ਉਹ ਕੀ ਹੁੰਦੀ ਹੈ? ਕਹਿੰਦੇ ਇਹ ਤਾਂ ਬੜਾ ਬੇਵਕੂਫ ਇਨਸਾਨ ਹੈ, ਇਹ ਤਾਂ ਉੱਲੂ ਹੈ, ਉੱਲੂ, ਇਹ ਤਾਂ ਬੜਾ ਬੇਵਕੂਫ ਬੰਦਾ ਹੈ, ਇਹ ਤਾਂ ਢਿੱਲਾ ਹੈ, ਆਲਸੀ ਕਿਤੋਂ ਦਾ, 15 ਮਿੰਟ ਹੋ ਗਏ ਨੇ ਮੈਨੂੰ ਖਲੋਤਿਆਂ। ਮੈਨੂੰ ਕਹਿੰਦਾ ਪਾਣੀ ਪਿਆਉਣ ਲੱਗਾ ਅਤੇ ਪਾਣੀ ਲੈ ਕੇ ਅਜੇ ਤੱਕ ਪਹੁੰਚਿਆ ਨਹੀਂ। ਹਾਂਜੀ, ਇਹ ਦੂਜੀ ਰਾਏ, ਬੰਦਾ ਇੱਕੋ ਹੀ ਹੈ ਸਾਹਮਣੇ, ਸਾਡੀ ਰਾਏ ਉਹਦੇ ਪ੍ਰਤੀ ਦੂਜੀ ਰਾਏ ਕੀ ਆ ਗਈ? ਇਹ ਤਾਂ ਬਿਲਕੁਲ ਉੱਲੂ ਹੈ, ਇਹ ਬੇਵਕੂਫ ਹੈ, ਇਹ ਤਾਂ ਆਲਸੀ ਇੱਕ ਨੰਬਰ ਦਾ, ਮੈਨੂੰ ਕਹਿਤਾ ਪਾਣੀ ਲੈ ਕੇ ਆਉਣ ਲੱਗਾ ਪਰ 15 ਮਿੰਟ ਹੋ ਗਏ ਅਜੇ ਤੱਕ ਆਇਆ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਥੋੜੀ ਦੇਰ ਬਾਅਦ ਹੀ ਨਾ, 2-4 ਮਿੰਟ ਹੋਰ ਜਦੋਂ ਬੀਤੇ, ਥੋੜੀ ਦੇਰ ਬਾਅਦ ਹੀ ਨਾ ਉਹ ਬੰਦਾ ਆਇਆ ਤੇ ਆ ਕੇ ਮਾਫੀ ਮੰਗਦਾ। ਕਹਿੰਦਾ ਦੇਰੀ ਦੇ ਲਈ ਮੈਂ ਤੁਹਾਡੇ ਕੋਲੋਂ ਮਾਫੀ ਮੰਗਦਾ, ਪਰ ਤੁਹਾਡੀ ਇਹ ਹਾਲਾਤ ਵੇਖ ਕੇ ਨਾ ਕਿ ਤੁਸੀਂ ਪਸੀਨੇ ਨਾਲ ਤਰ ਬਤਰ ਹੋਏ ਹੋ, ਮੈਂ ਕਿਹਾ ਸਾਦਾ ਪਾਣੀ ਕੀ ਪਿਆਉਣਾ, ਮੈਂ ਤੇ ਸ਼ਿਕੰਜਵੀ ਬਣਾਉਣ ਲੱਗ ਪਿਆ ਸਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਸ ਕਰਕੇ ਮੈਨੂੰ ਥੋੜਾ ਜ਼ਿਆਦਾ ਸਮਾਂ ਲੱਗਿਆ, ਮੈਂ ਤੁਹਾਡੇ ਲਈ ਨਿੰਬੂ ਪਾਣੀ ਸ਼ਿਕੰਜਵੀ ਬਣਾਉਣ ਲੱਗ ਪਿਆ ਸਾਂ। ਤੇ ਉਸ ਵੇਲੇ ਪਿਆਰਿਓ ਤੁਹਾਡੇ ਅੰਦਰ ਉਹਦੇ ਪ੍ਰਤੀ ਤੀਜੀ ਰਾਏ ਫਿਰ ਆਈ। ਕਿੰਨਾ ਚੰਗਾ ਬੰਦਾ, ਕਿੰਨਾ ਚੰਗਾ ਬੰਦਾ, ਮੇਰੇ ਲਈ ਨਿੰਬੂ ਪਾਣੀ ਬਣਾ ਰਿਹਾ ਸੀ। ਹੁਣ ਹੋਇਆ ਕਿ ਜਦੋਂ ਤੁਸੀਂ ਉਹ ਨਿੰਬੂ ਪਾਣੀ ਲਾਇਆ ਆਪਣੀ ਜ਼ੁਬਾਨ ਤੇ, ਜਦੋਂ ਨਿੰਬੂ ਪਾਣੀ ਲਾਇਆ ਜ਼ੁਬਾਨ ਦੇ ਉੱਤੇ, ਉਹਦੇ 'ਚ ਸ਼ੱਕਰ ਨਹੀਂ, ਖੰਡ ਨਹੀਂ, ਜਦੋਂ ਖੰਡ ਨਹੀਂ ਤੇ ਚੌਥੀ ਰਾਏ ਫਿਰ ਉਹ ਹੀ, ਇਹ ਤੇ ਬੇਵਕੂਫ ਇਨਸਾਨ ਹੈ। ਵੇਖੋ ਬੰਦਾ ਹੈ, ਬੰਦਾ, ਮੈਂ ਜਿਹੜੀ ਗੱਲ ਕਰਨੀ ਅੱਜ, ਜਿਹੜਾ ਲੈਸਨ ਲੈਣਾ ਵਿੱਚੋਂ ਲੈਣਾ, ਫਿਰ ਚੌਥੀ ਰਾਏ ਹੋਈ ਬਣਦੀ। ਨਿੰਬੂ ਪਾਣੀ ਲੈ ਕੇ ਵੀ ਆਇਆ ਪਰ ਖੰਡ ਪਾਈ ਨਹੀਂ ਇਹਨੇ, ਕੋਈ ਸ਼ੱਕਰ ਪਾਈ ਕੋਈ ਨਹੀਂ, ਏਡਾ ਕੜਵਾ ਲੱਗ ਰਿਹਾ। ਤੇ ਪਿਆਰਿਓ ਤੇ ਨਾਲ ਇਹ ਵੀ ਤੁਸੀਂ ਆਪਣੇ ਅੰਦਰ ਕਹਿਤਾ, ਨਲਾਇਕ ਵੀ ਹੈ, ਬੇਵਕੂਫ ਵੀ ਲੱਗਦਾ, ਕੰਜੂਸ ਹੈ, ਖੰਡ ਬਚਾ ਲਈ ਇਹਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਜਦੋਂ ਉਸ ਬੰਦੇ ਨੇ ਵੇਖਿਆ ਕਿ ਤੁਹਾਨੂੰ ਇਹ ਖਟਾਸ ਲੱਗ ਰਹੀ, ਉਹਨੇ ਆਪਣੀ ਜੇਬ ਚੋਂ ਨਾ ਸ਼ੱਕਰ ਕੱਢੀ। ਕਹਿੰਦਾ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਇਹ ਲੂਣ ਵਾਲੀ ਪੀਣੀ ਹੈ ਸ਼ਿਕੰਜਵੀ, ਕਿ ਤੁਸੀਂ ਮਿੱਠੀ ਪੀਣੀ ਹੈ, ਹੋ ਸਕਦਾ ਤੁਹਾਨੂੰ ਸ਼ੂਗਰ ਨਾ ਹੋਵੇ, ਮੈਨੂੰ ਇਸ ਚੀਜ਼ ਦਾ ਗਿਆਨ ਨਹੀਂ ਸੀ, ਮੈਂ ਆਪਣੀ ਜੇਬ ਦੇ ਵਿੱਚ ਆ ਸ਼ੱਕਰ ਲੈ ਕੇ ਆਇਆ,
ਜੇ ਤੁਹਾਨੂੰ ਚਾਹੀਦੀ ਹੈ ਤਾਂ ਪਾਲੋ। ਅਤੇ ਹੁਣ ਚੌਥੀ ਰਾਏ ਫਿਰ ਬਦਲ ਗਈ। ਨਹੀਂ ਯਾਰ, ਮੈਂ ਕਹਿੰਦਾ ਸਾਂ ਇਹ ਬੇਵਕੂਫ ਬੰਦਾ, ਪਰ ਇਹ ਤਾਂ ਸਿਆਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਹੁਣ ਨਿਚੋੜ ਕੀ, ਅੱਜ ਦਾ ਲੈਸਨ ਕੀ ਹੈ? ਇੱਕ ਸਮਾਨ ਸਥਿਤੀ ਦੇ ਵਿੱਚ, ਜਿਹੜੀ ਸਥਿਤੀ ਸਮਾਨਿਆ ਚੱਲ ਰਹੀ ਹੈ ਨਾ, ਸਮਾਨਿਆ ਕਹਿ ਲਓ, ਜਿਹੜੀ ਬਿਲਕੁਲ ਠੀਕ ਠਾਕ ਚੱਲ ਰਹੀ ਹੈ, ਇੱਕ ਆਮ ਸਥਿਤੀ ਦੇ ਵਿੱਚ ਪਿਆਰਿਓ, ਜੇ ਸਾਡੀ ਰਾਏ ਇੰਨੀ ਖੋਖਲੀ ਹੈ, ਇੰਨੀ ਬਦਲ ਰਹੀ ਹੈ ਕਿ ਅਸੀਂ ਕਿਸੇ ਬਾਰੇ ਇੱਕ ਸਕਿੰਟ ਵਿੱਚ ਆਪੇ ਹੀ ਆਪਣੇ ਅੰਦਰ ਅੰਦਾਜ਼ੇ ਲਾ ਲੈਂਦੇ ਹਾਂ ਇੱਕ ਆਮ ਸਥਿਤੀ ਦੇ ਵਿੱਚ, ਤੇ ਪਿਆਰਿਓ ਜ਼ਰੂਰ ਆਪਣੇ ਅੰਦਰ ਝਾਤੀ ਪਾਇਓ, ਮੁਸ਼ਕਲ ਦੀ ਸਥਿਤੀ ਦੇ ਵਿੱਚ ਜਾਂ ਕਿਸੇ ਦੇ ਬਾਰੇ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਸਾਡੀ ਰਾਏ ਦੇਣਾ ਬਣਦਾ ਕਿ ਨਹੀਂ ਬਣਦਾ, ਅਸੀਂ ਰਾਏ ਦੇਣ ਦੇ ਲਾਇਕ ਹਾਂ ਕਿ ਨਹੀਂ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਸ ਕਰਕੇ ਮੇਰੀ ਬੇਨਤੀ, ਕਿਸੇ ਨੂੰ ਜਾਣੇ ਬਿਨਾਂ ਐਵੇਂ ਆਪਣੇ ਅੰਦਰ ਰਾਏ ਨਾ ਬਣਾ ਲਿਆ ਕਰੋ, ਆਪਣੇ ਅੰਦਰ ਐਵੇਂ ਨਾ ਚੀਰ ਬਣਾ। ਉਹ ਤੇ ਬੰਦਾ ਏਦਾਂ ਦਾ ਹੀ ਹੈ, ਅਸੀਂ ਕਿਸੇ ਬਾਰੇ ਜਾਣਦੇ ਨਹੀਂ ਹੁੰਦੇ, ਕਈ ਵਾਰੀ ਐਵੇਂ ਕਹੀ ਜਾਵਾਂਗੇ ਮੈਨੂੰ ਪਤਾ ਉਹਦੇ ਬਾਰੇ, ਉਹ ਤੇ ਏਦਾਂ ਦਾ ਹੀ ਹੈ, ਪਤਾ ਹੈ ਕੁਝ ਨਹੀਂ, ਉਹ ਤੇ ਏਦਾਂ ਦਾ ਹੀ ਹੈ। ਨਹੀਂ ਪਿਆਰਿਓ, ਐਵੇਂ ਕਿਸੇ ਦੇ ਬਾਰੇ ਐਵੇਂ ਜਲਦੀ ਰਾਏ ਨਾ ਬਣਾਇਆ ਕਰੋ, ਕਿਹੜਾ ਬੰਦਾ, ਕਿਹੜੀ ਪਰਿਸਥਿਤੀ, ਕਿਹੜੀ ਸਥਿਤੀ ਜਾਂ ਕਿਹੜੀ ਹਾਲਾਤ ਦੇ ਵਿੱਚੋਂ ਲੰਘ ਰਿਹਾ ਇਹ ਸਾਨੂੰ ਨਹੀਂ ਪਤਾ, ਇਹ ਤੇ ਉਹ ਹੀ ਜਾਣਦਾ ਹੈ, ਇਹ ਤੇ ਉਹਨੂੰ ਪਤਾ, ਸਾਨੂੰ ਨਹੀਂ ਪਤਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੋ ਸਕਦਾ ਤੁਸੀਂ ਆਪਣੇ ਹਿਸਾਬ ਨਾਲ ਠੀਕ ਹੋਵੋ, ਆਪਣੇ ਹਿਸਾਬ ਨਾਲ ਠੀਕ ਹੋਵੇ, ਹੋ ਸਕਦਾ, ਇੱਦਾਂ ਵੀ ਤੇ ਹੋ ਸਕਦਾ ਨਾ, ਤੁਸੀਂ ਆਪਣੇ ਹਿਸਾਬ ਨਾਲ ਸਹੀ ਹੋ, ਆਪਣੇ ਹਿਸਾਬ ਨਾਲ ਸਹੀ, ਜੋ ਉਹਨੇ ਆਪਣਾ ਸਿਸਟਮ ਬਣਾਇਆ ਉਹ ਆਪਣੇ ਸਿਸਟਮ 'ਚ ਚੱਲਦੇ ਆ, ਜੋ ਤੁਸੀਂ ਬਣਾਇਆ ਤੁਸੀਂ ਆਪਣੇ ਹਿਸਾਬ ਨਾਲ ਚੱਲਦੇ ਆ। ਤੁਹਾਨੂੰ ਪਤਾ ਨਾ ਤੁਸੀਂ ਪਰਿਵਾਰ ਨੂੰ ਕਿਹੜੀ ਮਰਿਆਦਾ 'ਚ ਤੋਰਨਾ, ਮੈਨੂੰ ਪਤਾ ਮੈਂ ਆਪਣੇ ਪਰਿਵਾਰ ਨੂੰ ਕਿਵੇਂ ਤੋਰਨਾ, ਤੁਹਾਨੂੰ ਪਤਾ ਤੁਸੀਂ ਕਿਵੇਂ ਤੋਰਨਾ। ਹੁਣ ਤੁਸੀਂ ਆਪਣੀ ਜਗ੍ਹਾ ਠੀਕ ਹੋ, ਮੈਂ ਆਪਣੀ ਜਗ੍ਹਾ ਠੀਕ ਹਾਂ, ਕਿਸੇ ਦੇ ਬਾਰੇ ਰਾਏ ਦੇਣ ਤੋਂ ਪਹਿਲਾਂ 100 ਵਾਰੀ ਸੋਚੋ, ਸੋਚੋ ਕਿ ਜੋ ਮੈਂ ਬੋਲ ਰਿਹਾ, ਜੋ ਮੈਂ ਰਾਏ ਦੇ ਰਿਹਾ ਇਹ ਕਿਤੇ ਖੋਖਲੀ ਰਾਏ ਤੇ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਰ ਇੱਕ ਚੀਜ਼ ਏ, ਸਾਡਾ ਇਹ ਸਿਸਟਮ ਹੈ ਸਾਰਿਆਂ ਦਾ ਕਿ ਕੋਈ ਵਿਅਕਤੀ ਜੇ ਸਾਡੀ ਅਪੇਕਸ਼ਾ ਦੇ ਅਨੁਰੂਪ ਵਿਹਾਰ ਕਰਦਾ ਤੇ ਉਹ ਅੱਛਾ ਹੈ, ਨਹੀਂ ਤੇ ਉਹ ਬੁਰਾ। ਅਸੀਂ ਇਹੋ ਹੀ ਕਰਦੇ, ਜਿਹੜਾ ਸਾਡੇ ਮੁਤਾਬਕ ਚੱਲਦਾ ਉਹ ਤੇ ਚੰਗਾ ਹੈ ਜੀ, ਉਹ ਤੇ ਚੰਗਾ, ਤੇ ਜਿਹੜਾ ਸਾਡੇ ਮੁਤਾਬਕ ਨਹੀਂ ਚੱਲਦਾ, ਥੋੜਾ ਜਿਹਾ ਆਪਣਾ ਦਿਮਾਗ ਵਰਤਣ ਲੱਗ ਪਿਆ, ਨਹੀਂ ਯਾਰ ਇਹ ਗਲਤ ਹੈ ਚੀਜ਼, ਅਸੀਂ ਕਹਿੰਦੇ ਇਹੋ ਹੀ ਗਲਤ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜਾ ਸਾਡੇ ਮੁਤਾਬਕ ਚੱਲੇ ਉਹ ਸਹੀ, ਤੇ ਜਿਹੜਾ ਸਾਡੇ ਮੁਤਾਬਕ ਨਾ ਚੱਲੇ ਉਹ ਗਲਤ, ਸਾਡਾ ਇਹ ਹਿਸਾਬ ਹੈ। ਹੁਣ ਜ਼ਰੂਰ ਆਪਣੇ ਅੰਦਰ ਸੋਚਿਓ, ਮੈਂ ਇੱਥੇ ਛੱਡਣ ਲੱਗਾ ਇੱਕ ਬਿੰਦੂ ਪਾ ਕੇ ਨਾ, ਸਮਝ ਲਓ ਇਹ ਗੱਲ ਛੱਡਣ ਲੱਗਾ, ਇਹ ਕੁਐਸਚਨ ਮਾਰਕ ਪਾ ਕੇ ਮੈਂ ਗੱਲ ਛੱਡਣ ਲੱਗਾ, ਇਹਦੀ ਵਿਚਾਰ ਜ਼ਰੂਰ ਆਪਣੇ ਆਪ ਨਾਲ ਘਰਾਂ 'ਚ ਜਾ ਕੇ ਕਰਿਓ ਕਿ ਅਸੀਂ ਜਿਹਦੇ ਬਾਰੇ ਜੋ ਰਾਏ ਦਿੰਦੇ ਹਾਂ, ਜਿਸ ਸਥਿਤੀ ਦੇ ਵਿੱਚ ਦਿੰਦੇ ਹਾਂ, ਸਾਡੀ ਰਾਏ ਕਿਤੇ ਖੋਖਲੀ ਤਾਂ ਨਹੀਂ,
ਅਸੀਂ ਪਹਿਲੇ ਉਹਦੀ ਸਿਚੁਏਸ਼ਨ ਵਿੱਚ ਜਾ ਕੇ ਉਹਨੂੰ ਸਮਝਿਆ ਕਿ ਨਹੀਂ ਸਮਝਿਆ। ਮੇਰੀ ਪਤਨੀ ਕੋਲੋਂ ਗਲਤੀ ਹੋਈ, ਮੇਰੇ ਪਤੀ ਕੋਲੋਂ ਗਲਤੀ ਹੋਈ, ਮੇਰੇ ਬੱਚਿਆਂ ਕੋਲੋਂ ਗਲਤੀ, ਅਸੀਂ ਉਹ ਸਿਚੁਏਸ਼ਨ ਵੇਖੀ ਕਿ ਨਹੀਂ ਵੇਖੀ। ਉਹ ਸਿਚੁਏਸ਼ਨ ਵਿੱਚ ਜਾ ਕੇ ਫਿਰ ਕੋਈ ਫੈਸਲਾ ਲੈਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਫਿਰ ਕੋਈ ਰਾਏ ਦੇਣਾ, ਨਹੀਂ ਤੇ ਬਾਕੀ ਦੀਆਂ ਰਾਏ ਉਹ ਖੋਖਲੀਆਂ ਰਹਿ ਜਾਂਦੀਆਂ ਨੇ। ਆਪ ਸਵਰੋ ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਪਿਆਰੀ ਮਿੱਠੀ ਬਾਣੀ ਜਪਜੀ ਸਾਹਿਬ ਜੀ ਦੀ ਬਾਣੀ। ਕੱਲ ਵੀ ਜਪਜੀ ਸਾਹਿਬ ਜੀ ਦੀ ਬਾਣੀ ਚ ਪੜ੍ਹਿਆ ਸੀ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ। ਤੇ ਅੱਜ ਵੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਸਾਰੀ ਸੰਗਤ ਕਿਰਪਾ ਕਰਿਓ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਸਾਰੀ ਸੰਗਤ ਪਿਆਰ ਨਾਲ ਔਰ ਥੋੜ੍ਹੇ ਜਿਹੇ ਮਿੰਟ, ਤਕਰੀਬਨ 27-28 ਮਿੰਟ ਦਾ ਸਮਾਂ ਆਪਣੇ ਕੋਲ ਬਾਕੀ ਹੈ। 6:45 ਵਜੇ ਆਪਾਂ ਠੀਕ ਆਨੰਦ ਸਾਹਿਬ ਪੜ੍ਹਦੇ ਹਾਂ, ਸਭ ਨੂੰ ਪਤਾ ਹੈ। ਅਤੇ ਪੂਰਾ ਮਨ ਬਿਰਤੀਆਂ ਨੂੰ ਟਿਕਾ ਕੇ, ਔਰ ਮੈਂ ਵਿੱਚੇ ਬੇਨਤੀ ਕਰਦੇ ਹਾਂ ਕਿਉਂਕਿ ਤੁਸੀਂ ਜਿਹੜੇ ਰੋਜ਼ ਸੰਗਤ ਕਰਦੇ ਹੋ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ, ਪਰ ਜੇ ਕੋਈ ਨਵੇਂ ਆਏ ਨੇ ਪ੍ਰੇਮੀ, ਬਚਨ ਮੰਨਣਾ। ਇੱਕ ਵੀ ਪ੍ਰੇਮੀ ਨੇ ਅਰਦਾਸ ਹੁਕਮਨਾਮੇ ਤੋਂ ਬਿਨਾਂ ਨਹੀਂ ਜਾਣਾ। ਐਪਲੀਕੇਸ਼ਨ ਲਾ ਕੇ ਜਾਣੀ ਹੈ ਪਿਤਾ ਜੀ ਦੇ ਚਰਨਾਂ ਵਿੱਚ, ਅਰਜ਼ੀ ਆਪਣੀ ਲਾ ਕੇ ਜਾਣੀ ਬਾਪੂ ਜੀ ਦੇ ਚਰਨਾਂ ਦੇ ਵਿੱਚ ਕਿ ਮਹਾਰਾਜ ਸਦਕੇ ਅੰਮ੍ਰਿਤ ਵੇਲੇ ਦੇ ਕਿਰਪਾ ਦਾ ਖਾਤਾ ਖੋਲ, ਮੇਰੇ ਗੁਣਾਈਏ ਦੇ ਗੁਣਾਂ ਬਖਸ਼ ਲੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਵੱਡੀ ਦਾਤ ਮੰਗ ਕੇ ਜਾਣੀ ਹੈ ਦਾਤਿਆ, ਸਦਕੇ ਅੰਮ੍ਰਿਤ ਵੇਲੇ ਦੇ ਮੇਰੇ ਕੀਤੇ ਗੁਣਾਹਾਂ ਦੇ ਚਿੱਠੇ ਪਾੜ ਦੇ, ਤੇਰੇ ਘਰ ਕਿਹੜਾ ਘੱਟ ਹੈ। ਤੇ ਜਿਹੜੀ ਜਿਹੜੀ ਵੀ ਅਰਜ਼ੀ ਤੁਸੀਂ ਲਾਉਣੀ, ਸਭ ਨੂੰ ਪਤਾ ਬਾਪੂ ਜੀ ਨੇ ਸਾਈਆਂ ਹੀ ਮਾਰਨੀਆਂ ਨੇ, ਸਾਈਆਂ। ਇਸ ਕਰਕੇ ਹੁਕਮਨਾਮਾ ਸਾਹਿਬ ਤੋਂ ਬਿਨਾਂ ਇੱਕ ਵੀ ਪ੍ਰੇਮੀ ਨੇ ਜਾਣ ਦੀ ਖੇਚਲ ਨਹੀਂ ਕਰਨੀ। ਆਓ ਬੜੇ ਪਿਆਰ 'ਚ ਸਾਰੇ ਹਾਜ਼ਰੀ ਲਾਇਓ ਜੀ। ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਪਰ ਹਰ ਸੁਖ ਕਰ ਲੈ ਜਾਏ। ਗਾਵੀਏ ਸੁਣੀਏ ਮਨ ਰੱਖੀਏ ਪਾਓ, ਗਾਵੀਏ ਸੁਣੀਏ ਮਨ ਰੱਖੀਏ ਪਾਓ, ਦੁੱਖ ਪਰ ਹਰ ਕਰ ਲੈ ਜਾਏ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਗਾਵੀਏ ਸੁਣੀਏ ਮਨ ਰੱਖੀਏ ਪਾਓ, ਗਾਵੀਏ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ
ਕਰ ਲੈ ਜਾਏ ਦੁੱਖ ਪਰ ਹਰ ਸੁਖ ਕਰ ਲੈ ਜਾਏ ਪਰ ਹਰ ਸੁਖ ਕਰ ਲੈ ਜਾਏ ਬੋਲੋ ਦੁੱਖ ਪਰ ਹਰ ਸੁਖ ਕਰ ਲੈ ਜਾਏ ਗਾਵੀਏ ਸੁਣੀਏ ਮਨ ਰੱਖੀਏ ਪਾਓ ਮਨ ਰੱਖੀਏ ਪਾਓ ਦੁੱਖ ਪਰ ਹੈ ਸੁਖ ਕਰ ਲੈ ਜਾਏ ਦੁੱਖ ਪਰ ਹਰ ਸੁਖ ਕਰ ਲੈ ਲਖਨ ਜੀ ਧੰਨ ਬਾਬਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਪਰ ਹੈ ਸੁਖ ਕਰ ਲੈ ਜਾਏ ਦੁੱਖ ਪਰ ਹੈ ਸੁਖ ਕਰ ਲੈ ਜਾਏ ਗਾਵੀਏ ਸੁਣੀਏ ਮਨ ਰੱਖੀਏ ਪਾਓ ਗਾਵੀਏ ਸੁਣੀਏ ਮਨ ਰੱਖੀਏ ਪਾਓ
पर हर बोलो सुख कर ले जाए दुख पर हर सुख कर ले जाए रामदास जी धन गुरु रामदास जी सारे अखो ने जी धन बाबा देव सिंह जी पर हर सुख कर ले जाए हर ले जाए दुख पर हर सुख कर ले जाए गाविए सुनिए मन रखिए पाओ गाविए सुनिए मन पाओ दुख पर है सुख कर ले जाए दुख पर है सुख कर ले जाए बोल हर नाम सफल सा करी बोल हर नाम सफल सा करी गुर उपदेश सब दुख पर हरी जी दुख पर हर सुख कर ले जाए दुख पर हर सुख कर ले जाए हर बोलो दुख पर हर सुख कर ले जाए दुख पर हर सुख कर ले जाए नाम निधान ध्यान अंतर्गत तेज पुंज तह लोग परगासे जिन्हों का नाम लेंदे हो ना गुरु रामदास जी का पट साहबान कह रहे केंद्र गुरु रामदास जी दे पास नाम रूपी खजाना है आखो धन गुरु रामदास जी गुरु रामदास केंद्र तुहाडी बिरति गुरु रामदास जी अंतरमुखी बिरति है तुसी निरंकार हो
ਤੇ ਤੁਹਾਡਾ ਤੇਜ ਤਿੰਨੇ ਲੋਕਾਂ ਦੇ ਵਿੱਚ ਚਮਕ ਰਿਹਾ। ਵੇਖੋ ਭੱਟਾਂ ਦੀ ਭਾਵਨਾ। ਅੱਗੇ ਕਹਿੰਦੇ ਕਹਿੰਦੇ ਤੁਹਾਡਾ ਦਰਸ਼ਨ ਕਰਕੇ, ਜਿਹੜੇ ਤੁਹਾਡਾ ਕੇ ਦਰਸ਼ਨ ਕਰਦੇ ਆ ਨਾ, ਦਰਸ਼ਨ ਕਹਿੰਦੇ ਤੁਹਾਡਾ ਦਰਸ਼ਨ ਕਰਕੇ ਭਰਮ ਭਟਕ, ਜਿਨ੍ਹਾਂ ਦੇ ਅੰਦਰ ਭਰਮ ਨੇ, ਭਰਮ ਦੇ ਨਾਲ ਭਟਕਦੇ ਨੇ, ਕਹਿੰਦੇ ਹੇ ਗੁਰੂ ਰਾਮਦਾਸ, ਜਿਹੜੇ ਸ਼ਰਧਾ ਤੇ ਭਾਵਨਾ ਦੇ ਨਾਲ ਆ ਕੇ ਤੁਹਾਡਾ ਦਰਸ਼ਨ ਕਰਦੇ ਨੇ, ਉਹਨਾਂ ਦੇ ਭਰਮਾਂ ਦੇ, ਭਟਕਣਾਂ ਦੇ, ਦੁੱਖਾਂ ਦੇ ਇਹ ਸਾਰੇ ਵਿਘਨ ਨਾਸ਼ ਹੋ ਜਾਂਦੇ ਨੇ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਤੇ ਉਹਨਾਂ ਨੂੰ ਆਤਮਕ ਅਡੋਲਤਾ ਮਿਲ ਜਾਂਦੀ ਹੈ। ਕਹਿੰਦੇ ਤੁਸੀਂ ਏਡੇ ਵੱਡੇ ਹੋ, ਜਿਹੜੇ ਆ ਕੇ ਤੁਹਾਡੇ ਦੀਦਾਰ ਕਰਦੇ ਨਾ ਗੁਰੂ ਰਾਮਦਾਸ, ਤੁਸੀਂ ਆ ਕੇ ਦੀਦਾਰ ਕਰ ਰਹੇ ਹੋ ਨਾ, ਕਹਿੰਦੇ ਏਡੇ ਵੱਡੇ ਹੋ ਤੁਸੀਂ ਜਿਹੜੇ ਆ ਕੇ ਤੁਹਾਡੇ ਦਰਸ਼ਨ ਕਰਦੇ ਨੇ, ਉਹਨਾਂ ਦੇ ਭਰਮ ਇਹ ਵੀ ਦੁੱਖ ਮੁੱਕ ਜਾਂਦੇ, ਉਹਨਾਂ ਦੇ ਬਾਕੀ ਦੇ ਵੀ ਬੰਧਨ ਕੱਟੇ ਜਾਂਦੇ ਨੇ, ਉਹਨਾਂ ਨੂੰ ਤੁਸੀਂ ਨਾਮ ਰੂਪੀ ਖਜ਼ਾਨਾ ਦੇ ਦਿੰਦੇ ਹੋ, ਤੇ ਨਾਮ ਰੂਪੀ ਖਜ਼ਾਨਾ ਦੇ ਕੇ ਉਹਨਾਂ ਦੇ ਦੁੱਖਾਂ ਨੂੰ ਮਿਟਾ ਕੇ ਉਹਨਾਂ ਨੂੰ ਆਤਮਕ ਅਡੋਲਤਾ ਵੀ ਬਖਸ਼ ਦਿੰਦੇ। ਏਡੇ ਵੱਡੇ ਹੋ ਤੁਸੀਂ, ਕਿਵੇਂ ਕਹਿ ਰਹੇ ਭੱਟ ਸਾਹਿਬਾਨ, ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ, ਤਹਿ ਲੋਗ ਪਰਗਸੇ ਦੇਖਤ ਦਰਸ ਭਟਕ ਭਰਮ ਭਜਤ, ਦੁੱਖ ਪਰ ਹਰ ਸੁਖ ਸਹਿਜ ਬਿਗਸੇ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਦੁੱਖ ਪਰ ਹਰ ਸੁਖ ਕਰ ਲੈ ਜਾਏ ਜੀ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਜਿਨ੍ਹਾਂ ਦਾ ਨਾਮ ਗਾਉਣ ਨਾਲ ਸੁਣਨ ਨਾਲ ਸਭ ਬਖਸ਼ਿਸ਼ਾਂ ਮਿਲਦੀਆਂ, ਕਰੋ ਕਿਰਪਾ ਚੌਂਕੜੇ ਮਾਰੋ, ਜਿਨ੍ਹਾਂ ਦੀ ਸਿਹਤ ਰਾਜੀ ਚੌਂਕੜੇ ਮਾਰ ਲਓ। ਹਾਂ, ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਉਹ ਅਰਦਾਸ ਕਰੋ, ਬਾਪੂ ਜੀ ਚੌਂਕੜੇ ਮਾਰਨ ਜੋਗਾ ਬਣਾ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵੇਖੋ ਕਿੱਡੇ ਪਿਆਰ 'ਚ ਤੁਸੀਂ ਆਏ ਹੋ, ਮੈਂ ਤੁਹਾਡੇ ਇੱਕ ਇੱਕ ਦੇ ਚਰਨਾਂ ਦੇ ਉੱਤੇ ਸਿਰਜਦਾ ਕਰਦਾ। ਮੱਥਾ ਟੇਕਣ ਵਾਲੀ ਵੀ ਜਗ੍ਹਾ ਤਕਰੀਬਨ ਕਵਰ ਹੈ, ਇੱਕ ਪ੍ਰੇਮੀ ਦੇ ਆਉਣ ਦੀ ਜਗ੍ਹਾ ਬਸ, ਬਾਕੀ ਸੰਗਤ ਰਾਹ 'ਚ ਵੀ ਬਹਿ ਗਈ ਹੈ। ਹਰ ਜਗ੍ਹਾ 'ਤੇ ਤੁਸੀਂ ਬੈਠੇ ਹੋ, ਅਤੇ ਜਿੱਥੇ ਜਿੱਥੇ ਬੈਠੇ ਹੋ ਨਾ, ਮਾਰ ਲਓ ਚੌਂਕੜੇ, ਮੇਰੀ ਬੇਨਤੀ ਹੈ, ਚੌਂਕੜੇ ਮਾਰੋ, ਨੇਤਰ ਬੰਦ ਕਰੋ, ਧਿਆਨ ਧਰੋ ਗੁਰੂ ਰਾਮਦਾਸ ਦੇ ਚਰਨਾਂ ਦਾ, ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰਕੇ, ਜਿਨ੍ਹਾਂ ਦਾ ਨਾਮ ਲੈਣ ਨਾਲ, ਗਾਉਣ ਨਾਲ, ਸੁਣਨ ਨਾਲ ਸਾਰੇ ਦੁੱਖ ਦਲਿੱਦਰ ਦੂਰ ਹੁੰਦੇ ਨੇ। ਆਓ ਦੋ ਚਾਰ ਮਿੰਟ ਉਹਨਾਂ ਦਾ ਨਾਮ ਲਈਏ, ਸਾਰੇ ਕਵੋ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ।
ਰਾਮਦਾਸ ਜੀ, ਧੰਨ ਗੁਰੂ 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 ਰਾਮਦਾਸ ਜੀ, ਬਾਬਾ ਦੀਪ ਸਿੰਘ 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 ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮ ਜਿਨ ਸਿਰਿਆ ਤਿੰਨੇ ਸਵਾਰਿਆ, 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 ਸਿਰਿਆ ਤਿੰਨੇ ਸਵਾਰਿਆ, ਜਿਨ ਸਿਰਿਆ ਤਿੰਨੇ ਸਵਾਰਿਆ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਸਿਰਿਆ ਤਿੰਨੇ ਸਵਾਰਿਆ, ਜਿਨ ਸਿਰਿਆ ਤਿੰਨੇ ਸਵਾਰਿਆ, ਸਿਰਿਆ ਤਿੰਨੇ ਸਵਾਰਿਆ, ਜਿਨ ਸਿਰ
ਸਿਰਿਆ ਤਿੰਨੇ ਸਵਾਰਿਆ, ਜਿਨ ਸਿਰਿਆ ਤਿੰਨੇ ਸਵਾਰਿਆ, ਜਿਨ ਸਿਰਿਆ ਤਿੰਨੇ ਸਵਾਰਿਆ, ਤਨ ਤਨ ਰਾਮ ਦਾਸ ਗੁਰ, 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 ਸਾਹਿਬ ਜੀ, ਸਤਿਨਾਮ
ਇੱਕ ਕਿਰਪਾ ਕਰਿਓ। ਦਾਸ ਬੋਲੇ, ਮੇਰੇ ਤੋਂ ਬਸ ਦੇਸ ਦੇ ਜਿੰਨੇ ਤੁਹਾਡੇ ਬੱਚੇ ਵੀਰ ਬੈਠੇ ਇਹ ਤੀਜੇ ਹਿੱਸੇ 'ਚ ਸਾਰੀ ਸੰਗਤ ਇੱਕ ਇੱਕ 'ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ। ਬਿਰਤੀ ਹਰਿਮੰਦਰ ਸਾਹਿਬ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ ਨਾ, ਗੁਰੂ ਰਾਮਦਾਸ ਜੀ ਆਉਂਦੇ, ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਚੌਂਕੜਾ ਮਾਰ ਕੇ ਬਹਿਣਾ ਹੁੰਦਾ ਸਾਰਾ ਦਿਨ ਬਖਸ਼ਿਸ਼ਾਂ ਵੰਡਣ ਵਾਸਤੇ, ਉਦੋਂ ਉਸ ਅਸਥਾਨ ਤੋਂ ਇਹ ਧੁਨ ਨਿਕਲਦੀ ਹੈ। ਆਓ ਇਸ ਪਿਆਰੀ ਮਿੱਠੀ ਧੁਨ ਦੇ ਨਾਲ ਗੁਰੂ ਰਾਮਦਾਸ ਦੇ ਦੀਦਾਰ ਕਰੀਏ। ਕਰਿਓ ਕਿਰਪਾ। ਧੰਨ ਗੈ ਧੰਨ ਗੈ ਧੰਨ ਗੈ ਗੁਰੂ ਰਾਮਦਾਸ ਜੀ, ਧੰਨ ਗੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ ਧੰਨ ਗੈ ਧੰਨ ਧੰਨ ਖੈ ਧੰਨ 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 ਖੈ ਧੰਨ ਧੰਨ ਗੈ ਧੰਨ ਗੈ ਧੰਨ ਗੈ ਧੰਨ ਗੈ ਧੰਨ ਖੈ ਧੰਨ ਖੈ ਧੰਨ ਖੈ ਧੰਨ 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 ਖੈ ਧੰਨ ਖੈ ਧੰਨ ਖੈ ਗੁਰੂ ਰਾਮਦਾਸ ਜੀ, ਧੰਨ ਖੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ ਧੰਨ ਖੈ ਬਲਿਹਾਰ ਜਾਵਾ ਧੰਨ ਖੈ ਬਲਿਹਾਰ ਜਾਵਾ ਧੰਨ ਖੈ ਬਲਿਹਾਰ ਜਾਵਾ ਧੰਨ ਹੈ ਬਲਿਹਾਰ ਜਾਵਾ ਧੰਨ ਹੈ ਬਲਿਹਾਰ ਜੀ ਧੰਨ ਖੈ ਉਹ ਧੰਨ ਖੈ ਧੰਨ ਖੈ ਬੋਲੋ
ਕੇ ਬੁਲਾਵੇ ਗੁਰੂ ਰਾਮਦਾਸ ਸਾਹਿਬ ਜੀ ਦੇ ਮਨ ਨੂੰ ਪਾਵੇ ਜੋ ਗੱਜ ਕੇ ਬੁਲਾਵੇ ਬਾਬਾ ਦੀਪ ਸਿੰਘ ਸਾਹਿਬ ਦੀਆਂ ਖੁਸ਼ੀਆਂ ਪਾਵੇ ਜੋ ਗੱਜ ਕੇ ਬੁਲਾਵੇ ਗੁਰੂ ਰਾਮਦਾਸ ਸਾਹਿਬ ਉਹਨਾਂ ਦੇ ਘਰਾਂ ਦੇ ਵਿੱਚ ਬਰਕਤ ਪਾਵੇ ਜੋ ਗੱਜ ਕੇ ਬੁਲਾਵੇ ਸੋ ਨਿਹਾਲ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਅੱਜ ਤੀਜੇ ਦਿਨ ਦੇ ਅੰਮ੍ਰਿਤ ਵੇਲੇ ਤੇ ਦੀਵਾਨ ਦੀ ਸਮਾਪਤੀ ਬਚਨ ਮੰਨਣਾ ਇੱਕ ਵੀ ਪ੍ਰੇਮੀ ਨੇ ਉੱਠਣਾ ਨਹੀਂ ਆਨੰਦ ਸਾਹਿਬ ਅਰਦਾਸ ਹੁਕਮਨਾਮਾ ਲੈ ਕੇ ਆਪਾਂ ਖੁਸ਼ੀਆਂ ਲੈ ਕੇ ਜਾਣੀਆਂ ਗੁਰੂ ਮਿਹਰ ਕਰੇ ਬਖਸ਼ਿਸ਼ ਕਰੇ ਬਾਕੀ ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਸਭ ਨੂੰ ਪਤਾ ਕਿਵੇਂ ਸਕੂਲ ਹਸਪਤਾਲ ਵਿਧਵਾ ਬੀਬੀਆਂ ਨੂੰ ਰਾਸ਼ਨ ਦੀ ਸੇਵਾ ਨਾਲ ਬਾਬੇ ਨਾਨਕ ਦੀ ਰਸੋਈ ਲੰਗਰ ਸਾਰਾ ਇਹ ਸਭ ਕੁਝ ਚੱਲ ਰਿਹਾ ਸਭ ਨੂੰ ਪਤਾ ਜੋ ਜੋ ਤੁਸੀਂ ਇਹ ਸੇਵਾ ਕੀਤੀ ਜਾਂ ਕਰਦੇ ਗੁਰੂ ਰਾਮਦਾਸ ਤੁਹਾਨੂੰ ਬਰਕਤਾਂ ਪਾਉਣ ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਗੁਰਿਆਈ ਗੁਰਪੁਰਬ 31 ਮਈ ਨੂੰ ਆ ਰਿਹਾ ਔਰ ਇਸੇ ਸੰਬੰਧ ਦੇ ਵਿੱਚ 31 ਮਈ ਨੂੰ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ ਜੋ ਬਾਬਾ ਟਲ ਰਾਏ ਸਾਹਿਬ ਦੇ ਬਿਲਕੁਲ ਨਾਲ ਹੈ ਉੱਥੇ ਵਿਸ਼ੇਸ਼ ਕੀਰਤਨ ਸਮਾਗਮ ਰੱਖੇ ਗਏ ਨੇ ਜਿਨ੍ਹਾਂ ਵਿੱਚ ਰਾਤ ਨੂੰ 8 ਤੋਂ 9 ਦਾਸ ਨੇ ਕੀਰਤਨ ਦੁਆਰਾ ਆਪ ਜੀਆਂ ਦੇ ਦਰਸ਼ਨ ਕਰਨੇ ਨੇ ਅਸੀਸਾਂ ਲੈਣੀਆਂ ਨੇ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਜੋ ਤੁਸੀਂ ਰੋਜ਼ ਜੁੜਦੇ ਹੋ ਆਪ ਜੀਆਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਅਸਥਾਨ ਦੇ ਉੱਤੇ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣੀਆਂ ਔਰ ਇਹ ਉਹ ਅਸਥਾਨ ਸਭ ਨੂੰ ਪਤਾ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਨੇ ਚਰਨ ਪਾਏ ਬੀਬੀ ਕੌਲਾਂ ਜੀ ਨੇ ਚਰਨ ਪਾਏ ਬਾਬਾ ਅਟਲ ਰਾਏ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਭਾਈ ਬਿਧੀ ਚੰਦ ਜੀ ਹੋਰ ਵੀ ਰੰਗੇ ਗੁਰਸਿੱਖਾਂ ਨੇ ਇੱਥੇ ਚਰਨ ਪਾਏ ਨੇ ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਹਿ ਕੇ ਪ੍ਰਤੱਖ ਰੂਪ ਦੇ ਵਿੱਚ ਦਾਤਾਂ ਵੰਡਦੇ ਰਹੇ ਨੇ ਆਓ ਦਾਤਾਂ ਲੈਣ ਦਾ ਸਮਾਂ ਝੋਲੀਆਂ ਭਰਵਾਉਣ ਦਾ ਸਮਾਂ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸਾਰੀਆਂ ਸੰਗਤਾਂ ਨੇ ਗੁਰੂ ਪਿਤਾ ਦੇ ਚਰਨਾਂ ਦੇ ਵਿੱਚ ਖੁਸ਼ੀਆਂ ਲੈਣ ਵਾਸਤੇ 31 ਮਈ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਇਹ ਸਾਰਾ ਪ੍ਰੋਗਰਾਮ ਸਾਡੇ ਜਿਹੜੇ ਯੂਟਿਊਬ ਚੈਨਲ ਨੇ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਇਹਨਾਂ ਚੈਨਲਾਂ ਦੇ ਉੱਤੇ ਲਾਈਵ ਦਿਖਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਤਸੰਗ ਜੀ ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ ਜਿੰਨੀ ਵਾਰੀ ਵੀ ਆਓ ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ
ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿੰਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼ ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦੇ ਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਮ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋਰ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ
ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, ਦੋ ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ ਇੱਕ ਤੇਰੀ ਦੀ, ਦੋ ਤੇਰੀਆਂ ਦੀ, ਪੰਜ ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ, ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ, ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ, ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ ਹੈ, 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ, ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗ ਜੀ, ਆਪ ਜੀ ਦੇ ਚਰਨਾਂ ਵਿੱਚ ਸਨੇਮਰ ਬੇਨਤੀ। ਹਰ ਐਤਵਾਰ ਅਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ
ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ। ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ ਪੰਜ ਪੜ ਜਪਜੀ ਸਾਹਿਬ, ਦੋ ਪੜ ਚੁਪਈ ਸਾਹਿਬ, ਇੱਕ ਪੜ ਸੁਖਮਨੀ ਸਾਹਿਬ ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ, ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾ ਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ, ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ, ਉਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, 11:15 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ, ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ ਪੰਜ ਪਾਠ ਜਪਜੀ ਸਾਹਿਬ ਜੀ ਦੇ, 2 ਚੁਪਈ ਸਾਹਿਬ ਜੀ ਦੇ ਨਾਲ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3:15 ਤੱਕ ਦਾਸ ਕੀਰਤਨ ਦੀ ਹਾਜ਼ਰੀ, 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ, ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।